मैं दुकान तो घर आता पिया जी, इतने मैं मुंडिया ने फड़ के कुटिया नाले पैसे खो के लै गए जी। किन्ने क जाने थे, किन्ने बजे की गल? 9:30 की गल है जी, 6 जाने से जी। किन्ने पैसे से की कुछ लै गए? 3.5 लाख रुपया सी जी, 4 फोन से जी। सारे कुछ लै गए? हाँ जी। तेरे की मारे उन्होंने? कृपाना मारी जी। किन्ने को हथियार? 3 जन को हथियार से जी, जेडे इतने बैठे थे उन्होंने को। सुमित कुमार हुक्की चौंक ते, कल रात नूं जदों इह आपदी दुकान बंद करके वापस आपदे घरे जा रहा सी, तां इहदे कोले करीब 3 लाख रुपया कैश सीगा, तां उह दो मोटरसाइकिल ते सवार कुछ अणपछाते नौजवान सीगे, उन्होंने इनू धक्का मार के मोटरसाइकिल सट्टिया ते इहदे ते अटैक करके वह जिहड़ा इहदा पैसिआं वाला बैग है समेत इहदे मोबाइल फोन इहतों खोह के लै गए। ये करीब 3 लाख रुपया, 3.25 लाख रुपया कैश उहदे विच सीगा, ते बाकी 2 तों 3 मोबाइल फोन भी हैगे। ये व्यक्ति जो मुढ़ली तफतीश गल सामने आई है भी यह 5 तों 6 व्यक्ति सीगा। ਇਹਦੇ 'ਤੇ ਪਰਚਾ ਦਰਜ ਕਰ ਲਿਆ ਗਿਆ ਜੀ, ਅਤੇ ਪਰਚਾ ਦਰਜ ਕਰਕੇ ਕੈਮਰੇ ਦੇਖੇ ਜਾ ਰਹੇ ਆ, ਅਤੇ ਹੋਰ ਵੀ ਜਿਹੜੇ ਟੈਕਨੀਕਲ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੈਂ ਦੁਕਾਨ ਤੋਂ ਘਰ ਆਉਂਦਾ ਪਿਆ ਸੀਗਾ ਜੀ, ਇੱਥੇ ਮੈਨੂੰ ਮੁੰਡਿਆਂ ਨੇ ਫੜ ਕੇ ਕੁੱਟਿਆ ਨਾਲੇ ਪੈਸੇ ਖੋਹ ਕੇ ਲੈ ਗਏ ਜੀ। ਕਿੰਨੇ ਕੁ ਜਾਣੇ ਸੀ, ਕਿੰਨੇ ਵਜੇ ਦੀ ਗੱਲ ਹੈ? 9:30 ਦੀ ਗੱਲ ਹੈ ਜੀ, 6 ਜਾਣੇ ਸੀਗੇ ਜੀ। ਕਿੰਨੇ ਕੁ ਪੈਸੇ ਸੀ, ਕੀ ਕੁਛ ਲੈ ਗਏ? 3.5 ਲੱਖ ਰੁਪਇਆ ਸੀਗਾ ਜੀ, 4 ਫੋਨ ਸੀਗੇ। ਸਾਰੇ ਕੁਛ ਲੈ ਗਏ? ਹਾਂਜੀ। ਤੇਰੇ ਕੀ ਮਾਰਿਆ ਉਹਨਾਂ? ਕਿਰਪਾਨਾ ਮਾਰੀਆਂ। ਕਿੰਨਿਆਂ ਕੋਲ ਸੀ ਹਥਿਆਰ? 3 ਜਣਿਆਂ ਕੋਲ ਹਥਿਆਰ ਸੀਗੇ, ਜਿਹੜੇ ਇੱਥੇ ਬੈਠੇ ਸੀਗੇ ਉਹਨਾਂ ਕੋਲ। ਉਹ ਪਹਿਲਾਂ ਹੀ? ਹਾਂਜੀ, ਪਹਿਲਾਂ ਬੈਠੇ ਹੋਏ ਸੀ। ਅਤੇ ਦੂਜੇ 2 ਮਗਰ ਆਏ? 3 ਜਣੇ ਮਗਰ ਆਏ, 2 ਮੋਟਰਸਾਈਕਲਾਂ 'ਤੇ। ਉਹਨਾਂ ਨੇ ਕਿਵੇਂ ਕੀਤੀ ਕਿਰਪਾਨਾ ਤੁਹਾਨੂੰ? ਵਾਰਦਾਤ ਮੋਟਰਸਾਈਕਲ ਦੋਵਾਂ ਪਾਸੇ ਲਾ ਕੇ ਲੱਤ ਮਾਰ ਕੇ ਸਿੱਟਤਾ ਸੀ ਸਾਨੂੰ ਸਕੂਟਰੀ ਤੋਂ, ਬਾਅਦ 'ਚੋਂ 3 ਜਣਿਆਂ ਨੇ ਆ ਕੇ ਸਾਡੇ 'ਤੇ ਵਾਰ ਕਰਤੀ ਜੀ। ਸੁਮਿਤ ਕੁਮਾਰ ਹੈਗਾ, ਇਹਦੀ ਸ਼ੋਪ ਹੈਗੀ ਆ ਹੁੱਕੀ ਚੌਂਕ 'ਤੇ, ਅਤੇ ਕੱਲ੍ਹ ਰਾਤ ਨੂੰ ਜਦੋਂ ਇਹ ਆਪਦੀ ਦੁਕਾਨ ਬੰਦ ਕਰਕੇ ਵਾਪਸ ਆਪਦੇ ਘਰ ਜਾ ਰਿਹਾ ਸੀ, ਤਾਂ ਇਹਦੇ ਕੋਲ ਕਰੀਬ 3 ਲੱਖ ਰੁਪਇਆ ਕੈਸ਼ ਸੀਗਾ, ਤਾਂ ਉਹ 2 ਮੋਟਰਸਾਈਕਲ 'ਤੇ ਸਵਾਰ ਕੁਛ ਅਣਪਛਾਤੇ ਨੌਜਵਾਨ ਸੀਗੇ, ਉਹਨਾਂ ਨੇ ਇਹਨੂੰ ਧੱਕਾ ਮਾਰ ਕੇ ਇਹਦਾ ਮੋਟਰਸਾਈਕਲ ਸੁੱਟਿਆ, ਅਤੇ ਇਹਦੇ 'ਤੇ ਅਟੈਕ ਕਰਕੇ ਉਹ ਜਿਹੜਾ ਇਹਦਾ ਪੈਸਿਆਂ ਵਾਲਾ ਬੈਗ ਹੈ ਸਮੇਤ ਇਹਦੇ ਮੋਬਾਈਲ ਫੋਨ ਇਹ ਤੋਂ ਖੋਹ ਕੇ ਲੈ ਗਏ। ਕਿੰਨੀ ਕੁ ਕੀਮਤ ਸੀਗੀ? ਇਹ ਕਰੀਬ 3 ਲੱਖ ਰੁਪਇਆ, 3.25 ਲੱਖ ਰੁਪਇਆ ਕੈਸ਼ ਉਹਦੇ ਵਿੱਚ ਸੀਗਾ, ਅਤੇ ਬਾਕੀ 2 ਤੋਂ 3 ਮੋਬਾਈਲ ਫੋਨ ਵੀ ਹੈਗੇ ਜੀ। ਇਹ ਵਿਅਕਤੀ ਜੋ ਮੁੱਢਲੀ ਤਫਤੀਸ਼ ਗੱਲ ਸਾਹਮਣੇ ਆਈ ਹੈ ਵੀ ਇਹ 5 ਤੋਂ 6 ਵਿਅਕਤੀ ਸੀਗਾ। ਕੀ ਕਾਰਵਾਈ ਸਰ ਕੀਤੀ ਜਾ ਰਹੀ? ਇਹਦੇ 'ਤੇ ਪਰਚਾ ਦਰਜ ਕਰ ਲਿਆ ਗਿਆ ਜੀ, ਅਤੇ ਪਰਚਾ ਦਰਜ ਕਰਕੇ ਕੈਮਰੇ ਦੇਖੇ ਜਾ ਰਹੇ ਆ, ਅਤੇ ਹੋਰ ਵੀ ਜਿਹੜੇ ਟੈਕਨੀਕਲ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।